ਨਮਸਕਾਰ ਸਾਥੀਓ ਦੋਸਤੋ ਮੇਰੇ ਪਿਆਰੋ ਤੇ ਭਰਾਓ ਅੱਜ ਆਪਾਂ ਬਤਨ ਬਾਰੇ ਗੱਲ ਕਰਾਂਗੇ ਤਰੰਦੀ ਬਿਮਾਰੀ ਬੜੀ ਨਾਮਰਦ ਬਿਮਾਰੀ ਹੈ ਮੈਂ ਪਹਿਲਾਂ ਵੀ ਇੱਕ ਵੀਡੀਓ ਪਾ ਚੁੱਕਾ ਹਾਂ ਵੀ ਤਰੰਦੀ ਬਿਮਾਰੀ ਬਰਫ ਨਾਲ ਠੀਕ ਕਰਨ ਵਾਸਤੇ ਆਪਾਂ ਦੇ ਵਿੱਚ ਕੀ ਸੀਗਾ ਵੀ ਇੱਕ ਕਟੋਰੀ ਵਿੱਚ ਬਰਫ਼ ਜਮਾ ਆ ਕੇ ਫ੍ਰਿਜ ਵਿੱਚ ਉਹ ਕਟੋਰੀ ਬਰਸ ਮੇਂ ਸਿੱਧੀ ਆਪਾਂ ਧੁੰਨੀ ਦੇ ਉੱਪਰ ਆਪਣੀ ਨਾਭੀ ਦੇ ਉੱਪਰ ਰੱਖ ਦੇਣੀ ਹੈ ਮਤੇ ਕਪੜੇ ਪਾ ਚੱਕ ਕੇ ਆਪਣੀ ਸ਼ਰਟ ਜੋ ਵੀ ਤੁਸੀਂ ਪਾਇਆ ਉਹਦੇ ਉੱਤੇ ਰੱਖ ਦੇਣਾ ਤੇ ਉਹ ਗਰਮੀਆਂ ਵਾਸਤੇ ਠੀਕ ਹੈ ਲੋਕਾਂ ਦੇ ਵੀ ਉਹ ਵੀ ਬੜੇ ਆਏ ਨੇ ਕਮੈਂਟ ਵੀ ਲੋਕਾਂ ਨੇ ਕੀਤਾ ਵੀ ਸਾਨੂੰ ਬਹੁਤ ਫਾਇਦਾ ਹੋਣ ਰਿਹਾ ਹੈ ਪਰ ਕਈਆਂ ਨੇ ਕਿਹਾ ਸਾਨੂੰ ਨਾ ਬਈ ਉਹ ਠੰਡੀ ਬੜੀ ਲੱਗਦੀ ਹੈ ਇਸਕਾ ਸਾਨੂੰ ਥੋੜੀ ਮੁਸ਼ਕਲ ਹੈ ਠੰਡੀ ਰੱਖੀ ਨਹੀਂ ਜਾਂਦੀ ਗਰਮੀਆਂ ਵਿੱਚ ਤੇ ਠੀਕ ਹੈ ਸਭ ਦੀ ਥੋੜੀ ਮੁਸ਼ਕਲ ਆਉਂਦੀ ਹੈ ਮਗਰ ਉਹ ਬੜਾ ਸੌਖਾ ਤਰੀਕਾ ਹੈ ਕਿ ਸਾਨੂੰ ਕੋਈ ਹੋਰ ਸੌਖਾ ਤਰੀਕਾ ਦੱਸਿਆ ਜਾ ਰਿਹਾ ਹੈ ਅੱਜ ਮੈਂ ਤੁਹਾਨੂੰ ਇੱਕ ਹੋਰ ਸੌਖਾ ਤਰੀਕਾ ਦੱਸ ਰਿਹਾ ਹਾਂ ਉਹ ਕੀ ਹੈਗਾ ਉਹ ਇੱਕ ਇਹ ਕੱਪੜੇ ਦਾ ਬਿੰਨੂ ਹੈ ਇਹ ਬਿੰਨੂ ਆਪਾਂ ਕੱਪੜੇ ਨੂੰ ਲਪੇਟ ਕੇ ਕੱਪੜੇ ਦਾ ਬਿੰਨੂ ਮਾਰਨਾ ਕੋਈ ਚੁੰਨੀ ਲਾ ਲਓ ਜਾਂ ਕੋਈ ਕੋਈ ਕੱਪੜਾ ਸਾਫਾ ਜਿਹਾ ਲਾ ਲਓ ਨਾ ਪੰਜਾ ਕੋਈ ਇਦਾਂ ਬਣਾ ਕੇ ਤੇ ਸਿੱਧਾ ਇਹਨੂੰ ਇਦਾਂ ਆਪਣੀ ਨਾਭੀ ਦੇ ਉੱਪਰ ਰੱਖ ਲੈਣਾ ਇਦਾਂ ਨਾਭ ਜਿਹੜੀ ਨਾਭੀ ਆਪਣੀ ਇਦਾਂ ਨਾਭੀ ਦੇ ਉੱਪਰ ਰੱਖ ਲੈਣਾ ਤਾਨੂੰ 10-15 ਮਿੰਟ ਉੱਤੇ ਜ਼ਮੀਨ ਦੇ ਉੱਤੇ ਇਹਨੂੰ ਰੱਖ ਕੇ ਤੇ ਆਪਣੀ ਆਪਣੀ ਨਾਭੀ ਦੁੱਪਾ ਜਾਂ ਧੁੰਨੀ ਜਾਂ ਆਪਾਂ ਪੰਜਾਬੀ ਧੁੰਨੀ ਕਹਿੰਦੇ ਆ ਉਹਦੇ ਉੱਪਰ ਰੱਖ ਕੇ ਥੱਲੇ ਰੱਖ ਕੇ ਉਹਦੇ ਉੱਤੇ ਆਪਾਂ ਲੇਟ ਜਾਣਾ ਜ਼ਮੀਨ ਦੇ ਉੱਪਰ ਪੁੱਠੇ ਹੋ ਕੇ ਪੇੜ ਦੇ ਬਾਗ ਪੇੜ ਦੇ ਬਾਗ ਬੰਨ ਤੇ ਤੁਸੀਂ 10-15 ਮਿੰਟ ਦੇਖੋਗੇ ਕਿ ਇਹ ਧੁੰਨੀ ਜਿਹੜੀ ਤੁਹਾਡੀ ਵਸੇ ਇਹ ਐਂ ਟਿਕਾਣੇ ਸਿਰ ਆਏ ਜੀ ਇਹ ਸਾਰਾ ਕੰਮ ਤੁਸੀਂ ਖਾਲੀ ਪੇਟ ਕਰਨਾ ਮਤਲਬ ਕੋਈ ਖਾਦਾ ਨਾ ਹੋਵੇ ਸਵੇਰੇ ਕਰ ਲੋ ਜਾਂ ਵੀ ਜਦੋਂ ਖਾਣੇ ਤੋਂ 3-4 ਘੰਟੇ ਬਾਅਦ ਜਦੋਂ ਖਾਣਾ ਪਚ ਜਾਦਾ ਉਦੋਂ ਕਰ ਲਵੇ ਬਸ ਇਹਦੇ ਸਵੇਰੇ ਠੀਕ ਹੈ ਤੇ ਤਰਨ ਦੇਖੋ ਟਕਾਨੇ ਦੇ ਆ ਜਾਏਗੀ ਤੁਸੀਂ 2-4 ਵਾਰੀ ਕਰੋਗੇ ਤਾਂ ਇਹ ਤਾਂ ਤੰਗਵਰ ਕੋ ਠੀਕ ਹੋਈ ਠੀਕ ਹੋ ਜਾਏਗੀ ਆਮ ਤੌਰ ਤੇ ਆਪਾਂ ਕੀ ਕਰਨੇ ਆ ਬਈ ਆਪਾਂ ਮਲਾਂਨੇ ਆ ਕਈਆਂ ਕੋ ਕਈ ਮੈਂ ਦੇਖਿਆ ਵੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੇਡੀਜ਼ ਜਾਂ ਜੈਂਟਸ ਮਲ ਮਲ ਕੇ ਐ ਕਰਕੇ ਮਲ ਕੇ ਤੇਲ ਲਾ ਲਾ ਕੇ ਸਕੇ ਨਸ਼ਾ ਕਰ ਦਿੰਦੇ ਨੇ ਉਹ ਗੰਭੀਰ ਗਲਤੀ ਬਾਅਦ ਚ ਬੜੀ ਤਕਲੀਫ ਹੁੰਦੀ ਹੈ ਉਹ ਦਿਖਾਉਂਦੇ ਨੇ 2 ਮਿੰਟ ਵਾਸਤੇ 1 ਮਿੰਟ ਬਾਅਦ ਦੇਖੋ ਇਹ ਤਣ ਥੱਲੇ ਆ ਗਈ ਉਹ ਹੈ ਇਹ ਹੈ ਕੁਝ ਉਹਨਾਂ ਕਰਦੇ ਨੇ ਕੁਝ ਆਪਣੇ ਫਾਇਦੇ ਵਾਸਤੇ ਪੇੜ ਵਾਸਤੇ ਵੀ ਕਰਦੇ ਪਏ ਨੇ ਮਲ ਮਲ ਕੇ ਮਲ ਮਲ ਕੇ ਉਹ ਪੇੜ ਦਾ ਸੱਤਿਆ ਨਸ਼ਾ ਹੋ ਜਾਂਦਾ ਇਸ ਕਰਕੇ ਤੁਹਾਨੂੰ ਉਹਦੇ ਤੋਂ ਵਚਨ ਕਰਕੇ ਵੀ ਇਹ ਸੌਖਾ ਤਰੀਕਾ ਤੁਸੀਂ ਆਪਣੀ ਧੁੰਨੀ ਦੇ ਉੱਪਰ ਰੱਖ ਕੇ ਤਿਲ ਪੁੱਠੇ ਲੈੜ ਜਾਣਾ ਤੁਸੀਂ ਦੇਖੋਗੇ 5-10 ਮਿੰਟ ਬਾਅਦ ਜਾਂ 15 ਮਿੰਟ ਬਾਅਦ ਵੀ ਧੁੰਨੀ ਟਾੜੀ ਧੁੰਨੀ ਦੇ ਥੱਲੇ ਜਿਹੜੀ ਧਰਨੇ ਕਰ ਬੇਗੋ ਥੱਲੇ ਆ ਕੇ ਟੱਪਾਂ ਲੱਗ ਜਾਏਗੀ ਸਮਝੋ ਠੀਕ ਹੋ ਗਿਆ ਹੁਣ ਮੇਨ ਕੰਮ ਕਰੀਏ ਗੱਲ ਕਰੀਏ ਵੀ ਧੁੰਨੀ ਇਹ ਧਰਨ ਪੈਂਦੀ ਕਿਉਂ ਹੈ ਪਹਿਲੀ ਗੱਲ ਤੇ ਵੀ ਧਰਨ ਜਿਹੜੀ ਇਹ ਪੈਂਦੀ ਹੈ ਗਰਮੀ ਦੇ ਕਾਰਨ ਜਦੋਂ ਪੇਟ ਵਿੱਚ ਗਰਮੀ ਵੱਧਦੀ ਹੈ ਤੇ ਇਹ ਧਰਨੀ ਧਰ ਜਿਹੜੀ ਹੈ ਇਹ ਆਪਣੇ ਆਪ ਹਿੱਲ ਜਾਂਦੀ ਹੈ ਇਹਨੂੰ ਆਪਾਂ ਨਾਬੀ ਦਾ ਫਿਸਲਣਾ ਵੀ ਕਹਿੰਦੇ ਆ ਧਾਰਨ ਦਾ ਉਤਰਨਾ ਵੀ ਕਹਿੰਦੇ ਆ ਕਈ ਇਦਾਂ ਦੇ ਨਾਮ ਹੈਗੇ ਨੇ ਇਹਦਾਂ ਨਾਲ ਕੀ ਹੁੰਦਾ ਨੇ ਵੀ ਆਪਾਂ ਨੂੰ ਏੜ ਦੀ ਅਪਚਨ ਹੋ ਜਾਂਦਾ ਖਾਦਾ ਵੀ ਤਾਂ ਪਚਦਾ ਨਹੀਂ ਲੱਗਦਾ ਨਹੀਂ ਪੇਟ 'ਚ ਦਰਦ ਰਹਿੰਦੀ ਏ ਪੋਟੀਆਂ ਲੱਗ ਜਾਂਦੀਆਂ ਕਈਆਂ ਨੂੰ ਕਈਆਂ ਦੀ ਕਬਜ ਕਬਜ ਬਣ ਜਾਂਦੀ ਏ ਤੇ ਕਈਨ ਪੇਟ ਦਰਦ ਹੁੰਦਾ ਸੋ ਇਹ ਸਾਰੇ ਮਈਏ ਦੇ ਨੁਕਸਾਨ ਹੈਗੇ ਨੇ ਭਾਈ ਜਿਹੜੇ ਤੰਗਦਾ ਸਾਨੂੰ ਹੁੰਦੇ ਨੇ ਸਾਡੀ ਸਿਹਤ ਨਹੀਂ ਬੰਦੀ ਤੋਂ ਸਾਥੀਓ ਇਹ ਇੱਕ ਜਿਹੜਾ ਬਿੰਨੂ ਹੈ ਇਹ ਬੜਾ ਹੀ ਸੌਖਾ ਤਰੀਕਾ ਹੈ ਇਹਨੂੰ ਤੁਸੀਂ ਆਹ ਦੇਖੋ ਇੱਕ ਚੁੰਨੀ ਲੈ ਕੇ ਇਹ ਭਾਈ ਇਹਨੂੰ ਉਲਪੀਰ ਲੈਣਾ ਮੈਂ ਬਿੰਨੂ ਬਣਾਉਣ ਦਾ ਦਿੱਕਾ ਦੱਸਿਆ ਸ਼ਾਇਦ ਕੋਈ ਵੀਰ ਕੋਈ ਵਾਸੇ ਸਾਰਾ ਪਤਾ ਇੰਨੀ ਔਖਾ ਰੋ ਕੋਈ ਨਹੀਂ ਆ। ਐਦਾਂ ਆਪਾਂ ਬਿੰਨੂ ਬਣਾ ਲੈਣਾ। ਇਹਨੂੰ ਸਿੱਧਾ ਹੀ ਆਪਾਂ ਆਪਣੇ ਅ ਪੇੜ ਦੇ ਉੱਪਰ ਰੱਖ ਕੇ ਲੈ ਜਾਣਾ। ਕੱਪੜੇ ਪਾਏ ਹੁਣ ਤਾਂ ਵੀ ਕੋਈ ਹਰਜ ਨਹੀਂ। ਇਹਨੂੰ ਤਾਂ ਕੋਈ ਹਰਜੀ ਨਹੀਂ। ਕੱਪੜੇ ਪਾ ਕੇ ਵੀ ਤੁਸੀਂ ਆਪਣੇ ਬਿੰਨੂ ਥੱਲੇ ਰੱਖ ਸਕਦੇ ਹੋ। ਤੇ ਬਿਲਕੁਲ ਖਾਦਾ ਬਿਤਾ ਨਾ ਹੋਵੇ, ਖਾਲੀ ਪੇਟ ਹੋਵੇ। ਸੋ ਤੁਹਾਡੀ ਇਹ ਧਰਨ ਜੜੀ ਬਿਲਕੁਲ ਠੀਕ ਹੋ ਜਾਏਗੀ। ਸੋ ਸਾਥਿਓ ਮੈਂ ਇਹ ਵੀਡੀਓ ਬਣਾਈ ਏ ਵੀ ਤੁਹਾਨੂੰ ਫਾਇਦਾ ਹੋ ਜਵੇ ਮੈਂ ਖੁਦ ਇਹ ਚੀਜ਼ਾਂ ਵਰਤੀਆਂ ਨੇ ਜਾਂ ਆਪਣੇ ਤਾਂ ਵਰਤ ਕੇ ਇਹ ਤੁਹਾਨੂੰ ਮੈਂ ਦੱਸ ਰਿਹਾ ਵਾਂ ਤੇ ਮੈਨੂੰ ਫਾਇਦਾ ਹੋਇਆ ਜੇ ਤੁਹਾਨੂੰ ਕੋਈ ਪ੍ਰੋਬਲਮ ਹੋਵੇ ਤਾਂ ਤੁਸੀਂ ਵੀ ਫਾਇਦਾ ਲੈ ਸਕਦੇ ਆਂ ਤੋਂ ਸਾਥਿਓ ਇਹ ਵੀ ਵੀਡੀਓ ਬਣਾਈ ਏ ਤੁਸੀਂ ਦੇਖੋ ਇਹਨੂੰ ਇਹਦਾ ਫਾਇਦਾ ਉਠਾਓ ਜੇ ਤੁਹਾਨੂੰ ਫਾਇਦਾ ਹੋਵੇ ਤੇ ਕਮੈਂਟ ਵਿੱਚ ਲਿਖੋ ਸ਼ੇਅਰ ਕਰੋ ਵੀਡੀਓ ਨੂੰ ਲਾਈਕ ਕਰੋ ਲਾਈਕ ਜਰੂਰ ਕਰਨਾ ਤੇ ਸਬਸਕ੍ਰਾਈਬ ਜਰੂਰ ਕਰਨਾ ਕਿਉਂਕਿ ਅਗਲੀ ਵੀਡੀਓ ਤਾਂ ਹੀ ਤੁਹਾਡੇ ਕੋਲ ਪਹੁੰਚੇਗੀ ਜੇ ਸਬਸਕ੍ਰਾਈਬ ਕਰੋਗੇ ਹੁਣ ਕਈਆਂ ਦੇਖੀਏ ਵੀਡੀਓ ਬਣਾਈ ਦੀ 20 ਤਾਂ ਬੜੇ ਆਉਂਦੇ ਨੇ ਪਰ ਸਬਸਕ੍ਰਾਈਬਰ ਨਹੀਂ ਆਉਂਦੇ ਸੱਚੇ ਸਬਸਕ੍ਰਾਈਬ ਨਾਲ ਹੀ ਫਾਇਦਾ ਹਸਾ ਥੋੜਾ ਸਾਨੂੰ ਫਾਇਦਾ ਸਾਨੂੰ ਕਿਤੇ ਪੈਸੇ ਤਾਂ ਮਿਲਣੇ ਇੰਨਾ ਤੁਹਾਨੂੰ ਕੋਈ ਨੁਕਸਾਨ ਹੋਣਾ ਤੁਸੀਂ ਇੱਕ ਬਟਨ ਹੀ ਦਬਾਉਣਾ ਹੈ ਸਬਸਕ੍ਰਾਈਬ ਦਾ ਤੇ ਬੈਲ ਆਈਕਨ ਦਾ ਸੋ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਨਮਸਕਾਰ ਫਰਮਾਦਾ ਤੁਹਾਨੂੰ ਠੀਕ ਰੱਖੇ ਤੰਦਰੁਸਤ ਰੱਖੇ